कहिंदे ते बीजेपी नूं पिंडां च नहीं बढ़न दिता जाऊगा, पर वक्त वक्त पार्टियां दे आगू तां काले ने तुहाडे शामिल होण लई। देखो मोदी जी ने सानूं इक्को ही गल कही सी जदों मैं मिलिया जाके, वो कहिंदे सी कि नानक ते भरोसा रखो और गुरु नानक दे ही रस्ते ते चलो। ਕਿਰਨ ਸਾਹਿਬ ਕਿਹੜੀ ਗਿੱਦੜ ਸੰਗੀ ਹੈ ਜੀ ਲਗਾਤਾਰ ਧੜਾਧੜ, ਕਿਹੜਾ ਇਹੋ ਜਿਹੀ ਚੀਜ਼ ਆ ਵੀ ਸਭ ਪਾਰਟੀਆਂ ਦੇ ਲੋਕ ਸ਼ਾਮਿਲ ਹੋ ਰਹੇ ਨੇ, ਐਸਾ ਕਿਹੜਾ ਜਾਦੂ ਕਰਤਾ? ਆਪਦੇ ਅੰਦਰ ਵੀ ਪੰਜਾਬ ਦੀ ਬਿਹਤਰੀ ਜਿਹਨਾਂ ਨੇ ਕਰਨੀ ਆ ਉਹ ਬੀਜੇਪੀ ਨਾਲ ਜੁੜ ਰਹੇ ਆ। ਛਬੀ ਆ ਬੀਜੇਪੀ ਰਾਸ਼ਟਰ ਦੀ ਗੱਲ ਕਰਦੀ ਆ, ਰਾਸ਼ਟਰਵਾਦ ਦੀ ਗੱਲ ਕਰਦੀ ਆ, ਕਰਪਸ਼ਨ ਫਰੀ ਦੀ ਗੱਲ ਕਰਦੀ ਆ, ਫਿਰ ਕਾਂਗਰਸ ਨੂੰ ਤਾਂ ਤੁਸੀਂ 70 ਸਾਲ ਤੋਂ ਭੰਡਦੇ ਆ ਰਹੇ, ਹੁਣ ਇਹੀ ਕਾਂਗਰਸੀਆਂ ਨੂੰ ਸ਼ਾਮਿਲ ਕਰ ਰਹੇ ਹੋ? ਕਾਂਗਰਸ ਨੂੰ ਅਸੀਂ ਭੰਡਦੇ ਆ ਰਹੇ ਹਾਂ ਤਾਂ ਜ਼ਰੂਰੀ ਨਹੀਂ ਉਹਦੇ 'ਚ ਕੋਈ ਅੱਛੇ ਲੋਕ ਵੀ ਹੋਣਗੇ। ਜਿਹੜੇ ਤੁਹਾਡੇ ਜਾ ਰਹੇ ਉਹੀ ਅੱਛੇ? ਨਹੀਂ, ਮੈਂ ਇਹ ਨਹੀਂ ਕਹਿੰਦਾ, ਮੈਂ ਕਿਸੇ ਨੂੰ ਸਰਟੀਫਿਕੇਟ ਦੇਣ ਲਈ ਨਹੀਂ ਬੈਠਾ, ਪਰ ਇਹ ਤਾਂ ਲੋਕਾਂ ਨੇ ਦੇਖਣਾ ਹੁੰਦਾ ਕਿ ਕੌਣ ਸੱਚਾ ਕੌਣ ਠੀਕ ਆ ਕੌਣ ਗਲਤ ਆ। ਗੁੰਡਾਗਰਦੀ ਨਾਲ ਥੋੜ੍ਹਾ ਰਾਜਨੀਤੀ ਹੁੰਦੀ ਹੈ, ਜੇ ਗੁੰਡੇ ਰਾਜਨੀਤੀ ਕਰਦੇ ਤਾਂ ਉਹਦੇ 'ਚ ਸਕਸੈਸ ਹੁੰਦੇ ਤਾਂ ਦਾਊਦ ਇਬਰਾਹਿਮ ਇਸ ਮੁਲਕ ਦਾ ਪ੍ਰਧਾਨ ਮੰਤਰੀ ਹੁੰਦਾ, ਇੱਕ ਚਾਹ ਵੇਚਣ ਵਾਲਾ ਨਰਿੰਦਰ ਮੋਦੀ ਨਾ ਹੁੰਦਾ। ਜਦੋਂ ਕਾਨੂੰਨ ਰੱਦ ਕਰੇ ਆ ਤੁਹਾਡੇ ਡੇਰੇ ਤੱਕ ਨਹੀਂ ਖਬਰ, ਇੱਕ ਸਾਲ ਤੋਂ ਤੁਸੀਂ ਲਗਾਤਾਰ ਪੂਰੇ ਪੰਜਾਬੀਆਂ ਦੇ ਦਾ ਸ਼ਿਕਾਰ ਹੋ ਰਹੇ ਸੀਗੇ, ਗੱਲਾਂ ਸੁਣ ਰਹੇ ਸੀ ਕਿਸਾਨਾਂ ਦਾ, ਤੁਹਾਨੂੰ ਵੀ ਨਹੀਂ ਪੁੱਛਿਆ, ਤੁਸੀਂ ਹੁਣ ਤੱਕ ਕਹੀਗੇ? ਕਾਨੂੰਨ ਅੱਛੇ ਸੀ, ਕਿਸਾਨ ਦੀ ਬਿਹਤਰੀ ਲਈ ਬਣਾਏ ਸੀ, ਪਰ ਅਸੀਂ ਉਹਨਾਂ ਨੂੰ ਸਮਝਾਉਣ 'ਚ ਕਾਮਯਾਬ ਨਹੀਂ ਹੋਏ, ਇਸ ਕਰਕੇ ਅਸੀਂ ਸਕਸੈਸਫੁਲ ਨਹੀਂ ਹੋਏ ਸਮਝਾਉਣ 'ਚ। ਮੈਂ ਮਾਫ਼ੀ ਮੰਗਦਾ ਕਿ ਤੁਹਾਨੂੰ ਮੇਰੀ ਵਜ੍ਹਾ ਕਰਕੇ ਸੜਕਾਂ 'ਤੇ ਬੈਠਣਾ ਪਿਆ, ਇਹਨਾਂ ਕਾਨੂੰਨਾਂ ਦੀ ਵਜ੍ਹਾ ਕਰਕੇ ਮੈਂ ਕਾਨੂੰਨ ਵਿਦਡਰੋਅ ਕਰਦਾ। ਲੋਕਤੰਤਰ 'ਚ ਇਹੀ ਹੁੰਦਾ, ਹੈਲਦੀ ਡੈਮੋਕ੍ਰੇਸੀ ਲੋਕਤੰਤਰ 'ਚ ਤਾਂ ਐਂ ਹੁੰਦਾ ਵੀ ਪਹਿਲਾਂ ਸਦਨ 'ਚ ਜਾਂਦਾ ਹੈ, ਫਿਰ ਲੋਕ ਸਭਾ ਰਾਜ ਸਭਾ, ਫਿਰ ਰਾਸ਼ਟਰਪਤੀ ਕੋਲ ਜਾਂਦੇ, ਇੱਥੇ ਪਹਿਲਾਂ ਪ੍ਰਧਾਨ ਮੰਤਰੀ ਰੱਦ ਕਰ ਦਿੰਦੇ। ਸਾਢੇ 700 ਕਿਸਾਨਾਂ ਦਾ ਦੋਸ਼ੀ ਕੌਣ ਹੈ? ਬੀਜੇਪੀ ਨੇ ਗੋਲੀਆਂ ਚਲਾਈਆਂ ਹੈ, ਗੋਲੀਆਂ ਚਲਾਈਆਂ ਨਹੀਂ, ਗੋਲੀਆਂ ਚਲਾਈਆਂ ਬੀਜੇਪੀ ਨੇ। ਤੁਹਾਨੂੰ ਕੀ ਪਤਾ ਕਿ ਸਾਰੇ ਹੀ ਕੋਈ ਅਨਨੈਚੁਰਲ ਡੈਥ ਹੋਈ ਹੈ ਕਿਸੇ ਦੀ? ਪਹਿਲਾਂ ਤਾਂ ਇਹ ਦੱਸੋ, ਅਨਨੈਚੁਰਲ ਡੈਥ ਹੋਈ ਹੈ? ਡੈਥ ਹੋਈ ਕਿਉਂ ਹੈ? ਨਹੀਂ ਨਹੀਂ, ਤੁਸੀਂ ਦੱਸੋ ਨਾ, ਡੈਥ ਤਾਂ ਤੁਹਾਡੀ ਅਤੇ ਮੇਰੀ ਵੀ ਹੋਣੀ ਹੈ, ਫਿਰ ਉਹ ਤਾਂ ਉਹ ਕਹੋ ਇੱਕ ਸਰਕਾਰ ਨੇ ਕਰਤੀ। ਤਰੀਕ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆ ਰਹੇ ਨੇ, ਕਿਹੜੀ ਵੱਡੀ ਅਨਾਊਂਸਮੈਂਟ ਹੈ? ਅਗਰ ਸਭ ਕੁਛ ਅੱਜ ਹਿੰਟ ਦੇ ਦਿਓ, ਆਪਾਂ ਮਿਲਦੇ ਜੁਲਦੇ ਰਹਿੰਦੇ ਹਾਂ, ਕਿਹੜੀ ਵੱਡੀ ਅਨਾਊਂਸਮੈਂਟ ਹੈ ਪੀਐਮ ਕਰ ਸਕਦੇ ਨੇ, ਕਿਹੜੇ ਵੱਡੇ ਚਿਹਰੇ ਨੇ, ਹੋਰ ਜਿਹੜੀ ਸ਼ਮੂਲੀਅਤ ਹੋ ਸਕਦੀ ਹੈ, ਹੋਊਗੀ ਕਿ ਨਹੀਂ ਹੋਊਗੀ? ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਸਬਕਾ ਪ੍ਰਯਾਸ, ਜੇ ਸਮਝ ਆਉਂਦਾ ਹੋਵੇ ਤੇ ਸਾਰੇ ਆਪਾਂ ਨਾਲ। ਸਤਿ ਸ਼੍ਰੀ ਅਕਾਲ ਜੀ, ਡੇਲੀ ਪੋਸਟ ਪੰਜਾਬੀ ਤੁਸੀਂ ਵੇਖ ਰਹੇ ਹੋ, ਮੈਂ ਗਗਨ ਸ਼ੁਕਲਾ। ਬੀਜੇਪੀ ਦੀ ਗੱਲਬਾਤ ਕਰਾਂਗੇ। ਬੀਜੇਪੀ ਦੇ ਵਿੱਚ ਧੜਾਧੜ ਅਲੱਗ ਅਲੱਗ ਵੱਖ ਵੱਖ ਪਾਰਟੀਆਂ ਦੇ ਜਿਹੜੇ ਆਗੂ ਨੇ ਉਹ ਸ਼ਾਮਿਲ ਹੋ ਰਹੇ ਨੇ। ਜੇ ਤਾਜ਼ਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਪਾਰਟੀ ਦੇ ਮੌਜੂਦਾ ਜਿਹੜੇ ਵਿਧਾਇਕ ਨੇ ਫਤਿਹਜੰਗ ਸਿੰਘ ਬਾਜਵਾ, ਕਾਂਗਰਸ ਦੇ ਦਿੱਗਜ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਭਰਾ ਇਸ ਵੇਲੇ ਸ਼ਾਮਿਲ ਹੋਏ ਨੇ, ਬਲਵਿੰਦਰ ਸਿੰਘ ਲਾਡੀ, ਉਸ ਬੀਜੇਪੀ ਦੀ ਗੱਲ ਕਰਦੇ ਹਾਂ ਜੇ ਕਹਿੰਦੇ ਸੀ ਜਿਹਨਾਂ ਨੂੰ ਲੋਕ ਪਿੰਡਾਂ 'ਚ ਨਹੀਂ ਵੜਨ ਦਿੰਦੇ। ਹਰਜੀਤ ਸਿੰਘ ਗਰੇਵਾਲ ਨੇ ਗੱਲਬਾਤ ਕਰ ਲੈਂਦੇ। ਗਰੇਵਾਲ ਸਾਹਿਬ ਸਵਾਗਤ ਹੈ ਜੀ। ਸ਼ੁਕਰੀਆ ਜੀ, ਧੰਨਵਾਦ। ਕਹਿੰਦੇ ਹਾਲਾਤ ਹੁਣ ਬਦਲਣ ਲੱਗੇ ਆ ਗਰੇਵਾਲ ਸਾਹਿਬ, ਕਹਿੰਦੇ ਤੇ ਬੀਜੇਪੀ ਨੂੰ ਪਿੰਡਾਂ 'ਚ ਨਹੀਂ ਵੜਨ ਦਿੱਤਾ ਜਾਊਗਾ, ਪਰ ਵੱਖ ਵੱਖ ਪਾਰਟੀਆਂ ਦੇ ਆਗੂ ਤਾਂ ਕਾਲੇ ਨੇ ਤੁਹਾਡੇ ਸ਼ਾਮਿਲ ਹੋਣ ਲਈ। ਦੇਖੋ ਮੋਦੀ ਜੀ ਨੇ ਸਾਨੂੰ ਇੱਕੋ ਹੀ ਗੱਲ ਕਹੀ ਸੀ ਜਦੋਂ ਮੈਂ ਮਿਲਿਆ ਜਾ ਕੇ, ਉਹ ਕਹਿੰਦੇ ਸੀ ਕਿ ਨਾਨਕ 'ਤੇ ਭਰੋਸਾ ਰੱਖੋ ਔਰ ਗੁਰੂ ਨਾਨਕ ਦੇ ਹੀ ਰਸਤੇ 'ਤੇ ਚੱਲੋ। ਉਹ ਕੀ ਆ, ਨਾਨਕ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਸੱਚ ਦੀ ਹਮੇਸ਼ਾ ਜਿੱਤ ਹੁੰਦੀ ਆ, ਔਰ ਉਹਨਾਂ ਨੇ ਇਹ ਵੀ ਕਿਹਾ ਸੀ ਜਿੱਤ ਆਪਣੀ ਹੋਊਗੀ, ਅਤੇ ਇਸ ਕਰਕੇ ਸੱਚ ਦੀ ਜਿੱਤ ਹੈਗੀ ਆ, ਸੱਚਾਈ ਦੇ ਰਸਤੇ 'ਤੇ ਬੀਜੇਪੀ ਚੱਲਦੀ ਆ, ਸੱਚੇ ਅਸੀਂ ਕੰਮ ਕਰਦੇ ਹਾਂ, ਸਾਡੀ ਸਰਕਾਰ ਕਰਦੀ ਹੈ ਸੱਚੇ ਮਨ ਨਾਲ, ਅਤੇ ਝੂਠੇ ਲੋਕਾਂ ਦੀ ਹਾਰ ਹੁੰਦੀ ਹੁੰਦੀ ਆ, ਇਸੇ ਕਰਕੇ ਸੱਚਾਈ ਦੇ ਨਾਲ ਆਮ ਜਨਤਾ ਆ ਕੇ ਖੜੀ ਹੁੰਦੀ ਹੈ, ਜਨਤਾ ਜਿਹੜੀ ਆ ਉਹ ਪਰਮਾਤਮਾ ਦਾ ਰੂਪ ਹੁੰਦੀ ਹੈ, ਅਤੇ ਇਹ ਸਾਰੇ ਜਿਹੜੇ ਆ ਰਹੇ ਨੇ ਇਹਨਾਂ ਨੂੰ ਪਰਮਾਤਮਾ ਨੂੰ ਵੀ ਪ੍ਰੇਰਣਾ ਹੋ ਰਹੀ ਹੈ ਕਿ ਇਹ ਬੀਜੇਪੀ ਨੂੰ ਅੱਛਾ ਸਮਝਦੇ ਹੋਏ ਉਹਦੇ 'ਚ ਸ਼ਾਮਿਲ ਹੋ ਰਹੇ, ਸ਼ਮੂਲੀਅਤ ਕਰ ਰਹੇ ਆ ਸਾਰੇ ਲੋਕ, ਉਹਨਾਂ ਦਾ ਬਹੁਤ ਬਹੁਤ ਸਵਾਗਤ ਆ। ਸਰ ਸਵਾਗਤ ਗਰੇਵਾਲ ਸਾਹਿਬ, ਸਭ ਦਾ ਕਰੀ ਜਾ ਰਹੇ ਹੋ, ਫਰਕ ਕੀ ਹੈ ਤੁਹਾਡੇ? ਤੁਸੀਂ ਕਹਿ ਰਹੇ ਹੋ ਸਾਡੀ ਜਿਹੜੀ ਛਬੀ ਆ ਬੀਜੇਪੀ ਰਾਸ਼ਟਰ ਦੀ ਗੱਲ ਕਰਦੀ ਆ, ਰਾਸ਼ਟਰਵਾਦ ਦੀ ਗੱਲ ਕਰਦੀ ਆ, ਕਰਪਸ਼ਨ ਫਰੀ ਦੀ ਗੱਲ ਕਰਦੀ ਆ, ਫਿਰ ਕਾਂਗਰਸ ਨੂੰ ਤਾਂ ਤੁਸੀਂ 70 ਸਾਲ ਤੋਂ ਭੰਡਦੇ ਆ ਰਹੇ, ਹੁਣ ਇਹੀ ਕਾਂਗਰਸੀਆਂ ਨੂੰ ਸ਼ਾਮਿਲ ਕਰ ਰਹੇ ਹੋ? ਨਹੀਂ, ਐਸੀ ਕੋਈ ਗੱਲ ਨਹੀਂ ਹੈ, ਕਾਂਗਰਸ ਨੂੰ ਅਸੀਂ ਭੰਡਦੇ ਆ ਰਹੇ ਹਾਂ ਤਾਂ ਜ਼ਰੂਰੀ ਨਹੀਂ ਉਹਦੇ 'ਚ ਕੋਈ ਅੱਛੇ ਲੋਕ ਵੀ ਹੋਣਗੇ। ਜਿਹੜੇ ਤੁਹਾਡੇ ਜਾ ਰਹੇ ਉਹੀ ਅੱਛੇ? ਨਹੀਂ, ਮੈਂ ਇਹ ਨਹੀਂ ਕਹਿੰਦਾ, ਮੈਂ ਕਿਸੇ ਨੂੰ ਸਰਟੀਫਿਕੇਟ ਦੇਣ ਲਈ ਨਹੀਂ ਬੈਠਾ, ਪਰ ਇਹ ਤਾਂ ਲੋਕਾਂ ਨੇ ਦੇਖਣਾ ਹੁੰਦਾ ਕਿ ਕੌਣ ਸੱਚਾ ਕੌਣ ਠੀਕ ਆ ਕੌਣ ਗਲਤ ਆ। ਹੋ ਸਕਦਾ ਮੈਂ ਗਲਤ ਹੋਵਾਂ, ਇਹ ਪਬਲਿਕ ਫੈਸਲਾ ਕਰੇਗੀ ਨਾ, ਅਤੇ ਅਸੀਂ ਕੌਣ ਆ ਫੈਸਲਾ ਦੇਣ ਵਾਲੇ? ਇਸ ਕਰਕੇ ਅਸੀਂ ਸਾਨੂੰ ਉਹਨਾਂ ਦਾ ਫੈਸਲਾ ਸਵੀਕਾਰ ਹੋਏਗਾ, ਡੈਮੋਕ੍ਰੇਸੀ 'ਚ ਇਹੀ ਹੁੰਦਾ, ਹੈਲਦੀ ਡੈਮੋਕ੍ਰੇਸੀ ਦੀ ਇਹੀ ਨਿਸ਼ਾਨੀ ਹੈ।
ਗੁੰਡਾਗਰਦੀ ਨਾਲ ਥੋੜ੍ਹਾ ਰਾਜਨੀਤੀ ਹੁੰਦੀ ਹੈ। ਜੇ ਗੁੰਡੇ ਰਾਜਨੀਤੀ ਕਰਦੇ ਤਾਂ ਉਹਦੇ 'ਚ ਸਕਸੈਸ ਹੁੰਦੇ ਤਾਂ ਦਾਊਦ ਇਬਰਾਹਿਮ ਇਸ ਮੁਲਕ ਦਾ ਪ੍ਰਧਾਨ ਮੰਤਰੀ ਹੁੰਦਾ, ਇੱਕ ਚਾਹ ਵੇਚਣ ਵਾਲਾ ਨਰਿੰਦਰ ਮੋਦੀ ਨਾ ਹੁੰਦਾ। ਜੇ ਪੈਸੇ ਨਾਲ ਰਾਜਨੀਤੀ ਹੁੰਦੀ ਤਾਂ ਬਿਰਲਾ ਜੀ ਗਾਂਧੀ ਜੀ ਦੇ ਸਭ ਤੋਂ ਵੱਧ ਨੇੜੇ ਸੀ, ਸਭ ਤੋਂ ਵੱਧ ਪੈਸੇ ਵਾਲੇ ਸੀ, ਉਹ ਕਦੇ ਚੁਣਾਉ ਨਹੀਂ ਜਿੱਤੇ। ਠੀਕ ਹੈ, ਅਤੇ ਜਿਹੜੇ ਗਰੀਬ ਲਾਲ ਬਹਾਦੁਰ ਸ਼ਾਸਤਰੀ ਔਰ ਅਟਲ ਬਿਹਾਰੀ ਵਾਜਪਾਈ ਉਹ ਇਸ ਮੁਲਕ ਦੇ ਪ੍ਰਧਾਨ ਮੰਤਰੀ ਬਣੇ। ਪੰਡਿਤ ਜਵਾਹਰ ਲਾਲ ਨਹਿਰੂ, ਪੰਡਿਤ ਜਵਾਹਰ ਲਾਲ ਨਹਿਰੂ ਦੀ ਗੱਲ ਅਲੱਗ ਆ, ਉਹਨਾਂ ਨੂੰ ਤੁਸੀਂ ਉੱਧਰ ਨਾ ਲਓ। ਉਹ ਪ੍ਰਧਾਨ ਮੰਤਰੀ ਨਹੀਂ ਸੀਗੇ? ਨਹੀਂ, ਪ੍ਰਧਾਨ ਮੰਤਰੀ ਸੀਗੇ ਪਰ ਉਹ ਗਰੀਬ ਵੀ ਨਹੀਂ ਸੀਗੇ, ਗਰੀਬਾਂ ਦਾ। ਚਲੋ, ਤੁਸੀਂ ਕਿਹਾ ਲੋਕਤੰਤਰ ਦੀ ਗੱਲ ਕਰੀ ਹੈ ਕਿ ਲੋਕਤੰਤਰ ਦੇ ਵਿੱਚ ਚਾਹ ਵਾਲੇ ਪ੍ਰਧਾਨ ਮੰਤਰੀ ਲੱਗਦਾ। ਨਰਿੰਦਰ ਮੋਦੀ ਨੂੰ ਤਾਂ ਡਿਕਟੇਟਰ ਕਿਹਾ ਜਾਂਦਾ ਕਿ ਡਿਕਟੇਟਰਸ਼ਿਪ ਨਾਲ ਚਲਾਉਂਦੇ ਆ, ਜਦੋਂ ਕਾਨੂੰਨ ਰੱਦ ਕਰੇ ਆ ਤੁਹਾਡੇ ਡੇਰੇ ਤੱਕ ਨਹੀਂ ਖਬਰ। ਇੱਕ ਸਾਲ ਤੋਂ ਤੁਸੀਂ ਲਗਾਤਾਰ ਪੂਰੇ ਪੰਜਾਬੀਆਂ ਦੇ ਦਾ ਸ਼ਿਕਾਰ ਹੋ ਰਹੇ ਸੀਗੇ, ਗੱਲਾਂ ਸੁਣ ਰਹੇ ਸੀ ਕਿਸਾਨਾਂ ਦਾ, ਤੁਹਾਨੂੰ ਵੀ ਨਹੀਂ ਪੁੱਛਿਆ, ਤੁਸੀਂ ਹੁਣ ਤੱਕ ਕਹੀਗੇ। ਤੁਸੀਂ ਆਪਦੇ ਆਪ ਫਿਲਮ ਨਾ ਬਣਾਇਆ ਕਰੋ, ਇਹ ਗੱਲਾਂ ਕਹਿਣ ਵਾਲੀਆਂ ਨਹੀਂ ਹੁੰਦੀਆਂ, ਔਰ ਨਾ ਹੀ ਪ੍ਰਧਾਨ ਮੰਤਰੀ ਬਾਰੇ ਇੱਦਾਂ ਦੀ ਗੱਲ ਕਰੀ ਦੀ ਹੈ। ਉਹ 3 ਦਿਨ ਪਹਿਲਾਂ ਕੌਣ ਮਿਲਣ ਗਏ ਸੀ? ਸਾਡੇ ਪੂਤ ਗਏ ਸੀ, ਤੁਹਾਨੂੰ ਦੱਸੋ, ਮੈਨੂੰ ਗੱਲਾਂ ਹੋਈਆਂ, ਸਾਰਾ ਕੁਛ ਹੋਇਆ, ਸਾਨੂੰ ਸਭ ਕੁਛ ਪਤਾ ਸੀ। ਔਰ ਉਹਨੇ ਕੀ ਕਿਹਾ ਕਿ ਕਾਨੂੰਨ ਅੱਛੇ ਸੀ, ਕਿਸਾਨ ਦੀ ਬਿਹਤਰੀ ਲਈ ਬਣਾਏ ਸੀ, ਪਰ ਅਸੀਂ ਉਹਨਾਂ ਨੂੰ ਸਮਝਾਉਣ 'ਚ ਕਾਮਯਾਬ ਨਹੀਂ ਹੋਏ, ਇਸ ਕਰਕੇ ਅਸੀਂ ਸਕਸੈਸਫੁੱਲ ਨਹੀਂ ਹੋਏ ਸਮਝਾਉਣ 'ਚ। ਮੈਂ ਮਾਫ਼ੀ ਮੰਗਦਾ ਕਿ ਤੁਹਾਨੂੰ ਮੇਰੀ ਵਜ੍ਹਾ ਕਰਕੇ ਸੜਕਾਂ 'ਤੇ ਬੈਠਣਾ ਪਿਆ, ਇਹਨਾਂ ਕਾਨੂੰਨਾਂ ਦੀ ਵਜ੍ਹਾ ਕਰਕੇ। ਮੈਂ ਕਾਨੂੰਨ ਵਿਦਡਰੋ ਕਰਦਾ, ਲੋਕਤੰਤਰ 'ਚ ਇਹੀ ਹੁੰਦਾ, ਹੈਲਦੀ ਡੈਮੋਕ੍ਰੇਸੀ। ਲੋਕਤੰਤਰ 'ਚ ਤਾਂ ਐਂ ਹੁੰਦਾ ਵੀ ਪਹਿਲਾਂ ਸਦਨ 'ਚ ਜਾਂਦਾ ਹੈ, ਫਿਰ ਲੋਕ ਸਭਾ, ਰਾਜ ਸਭਾ, ਫਿਰ ਰਾਸ਼ਟਰਪਤੀ ਕੋਲ ਜਾਂਦੇ ਆ, ਇੱਥੇ ਪਹਿਲਾਂ ਪ੍ਰਧਾਨ ਮੰਤਰੀ ਰੱਦ ਕਰ ਦਿੰਦੇ ਆ, ਫਿਰ ਉਹਨਾਂ ਤੋਂ ਵੱਡੇ ਤਾਂ ਸਭ ਤੋਂ ਪ੍ਰਧਾਨ ਮੰਤਰੀ ਹੋ ਗਏ ਨਾ। ਨਹੀਂ ਨਹੀਂ, ਪ੍ਰਧਾਨ ਮੰਤਰੀ ਜਿਹੜੇ ਆ ਉਹ ਉਸ ਪਾਰਟੀ ਦੇ ਨੇਤਾ ਨੇ ਜਿਹੜੀ ਪਾਰਟੀ ਦਾ ਲੋਕ ਸਭਾ 'ਚ ਬਹੁਮਤ ਆ, ਜਿਹਦੀ ਸਰਕਾਰ ਆ, ਉਹ ਕੈਬਨਿਟ ਦੇ ਨਾਲ ਸਲਾਹ ਕਰਕੇ, ਪਾਰਟੀ ਨਾਲ ਸਲਾਹ ਕਰਕੇ ਫਿਰ ਉਹਨਾਂ ਨੇ ਕਿਹਾ, ਇੱਦਾਂ ਨਹੀਂ ਕਿਹਾ। ਉਹ ਪ੍ਰੋਸੈਸ ਜਿਹੜਾ ਹੈਗਾ ਉਹ ਆਮ ਜਨਤਾ ਨੂੰ ਜਾਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਕੋਈ ਜ਼ਰੂਰੀ ਥੋੜ੍ਹਾ ਹੁੰਦਾ। ਹੁਣ ਅਸੀਂ ਕੀ ਕਰ ਰਹੇ ਹਾਂ, ਤੁਹਾਨੂੰ ਪਤਾ ਸੀ ਅੱਜ ਜਿਹੜੇ ਲੋਕ ਸ਼ਾਮਿਲ ਹੋਏ ਆ, ਬਈ ਇਹ 2 ਦਿਨ ਪਹਿਲਾਂ ਸ਼ਾਮਿਲ ਹੋਣਗੇ, ਪਰ ਸਾਨੂੰ ਤਾਂ ਪਤਾ ਸੀ ਨਾ, ਹੋਰ ਵੀ ਬਹੁਤ ਕੁਛ ਪਤਾ। ਅਤੇ ਇਸ ਕਰਕੇ ਸਾਰੀਆਂ ਸਾਂਝਾ ਤਾਂ ਕਰੋ ਅੱਜ ਕੈਮਰੇ, ਨਹੀਂ ਇਹ ਸਾਰੀਆਂ ਚੀਜ਼ਾਂ ਤਾਂ ਸਾਂਝੀਆਂ ਨਹੀਂ ਕੀਤੀਆਂ ਜਾਂਦੀਆਂ, ਇਹਦੇ 'ਚ ਐਵੇਂ ਝੂਠੀਆਂ ਗੱਲਾਂ ਕਰੋ ਉਹਦਾ ਕੋਈ ਫਾਇਦਾ ਨਹੀਂ ਹੈ। ਸਭ ਕਿਹੜੀ ਗਿੱਦੜ ਸੰਗੀ ਹੈ ਜੀ, ਲਗਾਤਾਰ ਧੜਾ ਧੜ, ਕਿਹੜਾ ਇਹੋ ਜਿਹੀ ਚੀਜ਼ ਆ ਵੀ ਸਭ ਪਾਰਟੀਆਂ ਦੇ ਲੋਕ ਸ਼ਾਮਿਲ ਹੋ ਰਹੇ ਨੇ, ਐਸਾ ਕਿਹੜਾ ਜਾਦੂ ਕਰਤਾ? ਸੱਚਾਈ, ਅੱਛਾਈ, ਦ੍ਰਿੜਤਾ ਅਤੇ ਦ੍ਰਿੜ ਸੰਕਲਪ, ਉਹਦੇ ਨਾਲ ਲੋਕ ਆਉਂਦੇ ਆ। ਪੰਜਾਬ ਦੇ ਅੰਦਰ ਵੀ ਪੰਜਾਬ ਦੀ ਬਿਹਤਰੀ ਜਿਹਨਾਂ ਨੇ ਕਰਨੀ ਆ ਉਹ ਬੀਜੇਪੀ ਨਾਲ ਜੁੜ ਰਹੇ ਆ, ਅਤੇ ਇਸ ਕਰਕੇ ਕੋਈ ਐਸੀ ਗੱਲ ਨਹੀਂ ਹੈ। ਸਭ ਹੋਰ ਹਾਰਡਕੋਰ ਲੋਕ ਤਾਂ ਕਹਿੰਦੇ ਆ ਬੀਜੇਪੀ ਸਿੱਖ ਵਿਰੋਧੀ ਪਾਰਟੀ ਹੈ, ਹੱਥ ਕਹਿਣ ਦੇ ਉਹਨਾਂ ਦੇ ਕਹਿਣ ਨਾਲ ਕੀ ਹੁੰਦਾ? ਅਤੇ ਬੀਜੇਪੀ ਜੇ ਸਿੱਖ ਵਿਰੋਧੀ ਪਾਰਟੀ ਆ, ਇਸ ਦੇਸ਼ ਦਾ ਪ੍ਰਧਾਨ ਮੰਤਰੀ ਸਿੱਖ ਰਿਹਾ, ਰਾਸ਼ਟਰਪਤੀ ਸਿੱਖ ਰਿਹਾ, ਕਿਸੇ ਨੇ ਉਹ ਕਾਲੀ ਸੂਚੀ ਜਿਹੜੀ 36-36 ਸਾਲ ਲੋਕ ਘਰਾਂ 'ਚ ਨਹੀਂ ਸੀ ਆ ਸਕਦੇ ਉਹ ਰੱਦ ਨਹੀਂ ਕੀਤੀ, ਉਹ ਆ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ, ਅਤੇ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਜਿਹੜਾ, ਅਤੇ ਜੇ 70 ਸਾਲਾਂ ਦੀਆਂ ਅਰਦਾਸਾਂ ਕਰਦੇ ਸੀ ਉਹਨਾਂ ਅਰਦਾਸਾਂ ਨੂੰ ਪੂਰ ਕਿਹਨੇ ਪਾਇਆ? ਨਰਿੰਦਰ ਮੋਦੀ। ਔਰ ਜੇ ਉਸ ਤੋਂ ਬਾਅਦ ਉਹ ਕੋਰੀਡੋਰ ਬੰਦ ਹੋਇਆ ਮਹਾਂਮਾਰੀ, ਕੋਵਿਡ ਦੀ ਮਹਾਂਮਾਰੀ ਦੀ ਵਜ੍ਹਾ ਕਰਕੇ 110 ਕਰੋੜ ਤੋਂ ਵੱਧ ਲੋਕਾਂ ਨੂੰ ਵੈਕਸੀਨੇਸ਼ਨ ਕਰਕੇ ਸੁਰੱਖਿਅਤ ਕੀਤਾ ਪਹਿਲਾਂ, ਉਸ ਤੋਂ ਬਾਅਦ ਫਿਰ ਕੋਰੀਡੋਰ ਖੋਲ੍ਹਿਆ। 750 ਕਿਸਾਨਾਂ ਦਾ ਦੋਸ਼ੀ ਕੌਣ ਹੈ ਜਿਹਨੇ ਸ਼ਹਾਦਤ ਹੋ ਗਈ ਬਾਰਡਰ 'ਤੇ? ਬੀਜੇਪੀ ਨੇ ਗੋਲੀਆਂ ਚਲਾਈਆਂ, ਹੈ ਗੋਲੀਆਂ ਚਲਾਈਆਂ, ਨਹੀਂ ਗੋਲੀਆਂ ਚਲਾਈਆਂ ਬੀਜੇਪੀ ਨੇ। ਤੁਹਾਨੂੰ ਕੀ ਪਤਾ ਕਿ ਸਾਰੇ ਹੀ ਕੋਈ ਕੋਈ ਅਨਨੈਚੁਰਲ ਡੈਥ ਹੋਈ ਹੈ ਕਿਸੇ ਦੀ? ਪਹਿਲਾਂ ਤਾਂ ਇਹ ਦੱਸੋ, ਅਨਨੈਚੁਰਲ ਡੈਥ ਹੋਈ ਹੈ? ਡੈਥ ਹੋਈ ਕਿਉਂ ਹੈ? ਨਹੀਂ ਨਹੀਂ ਤੁਸੀਂ ਦੱਸੋ ਨਾ, ਡੈਥ ਤਾਂ ਤੁਹਾਡੀ ਅਤੇ ਮੇਰੀ ਵੀ ਹੋਣੀ ਹੈ, ਫਿਰ ਉਹ ਤਾਂ ਉਹ ਕਹੋਗੇ ਸਰਕਾਰ ਨੇ ਕਰਤੀ। ਈਡੀ ਦੇ ਡਰ ਤੋਂ ਜਿਹੜੇ ਵਿਰੋਧੀ ਪਾਰਟੀਆਂ ਦੇ ਲੀਡਰ ਨੇ ਉਹ ਤੁਹਾਡੇ ਸ਼ਾਮਿਲ ਹੋ ਰਹੇ ਨੇ, ਲੱਗਦਾ ਕਿ ਈਡੀ ਦਾ ਹੰਟਰ ਤਾਂ ਨਹੀਂ ਚਲਾਉਂਗੇ ਹੁਣ? ਹੁਣ ਮੇਰੀ ਗੱਲ ਸੁਣੋ, ਅੱਜ ਜਿਹੜੇ ਸ਼ਾਮਿਲ ਹੋਏ ਨੇ ਬਹੁਤ ਹੀ ਸਧਾਰਨ ਵਿਅਕਤੀ ਆ, 3 ਵਾਰ ਦਾ MLA ਆ, ਗੁਰਤੇਜ ਸਿੰਘ ਘੁੜਿਆਣਾ ਬੱਲੂਆਣਾ ਤੋਂ MLA ਰਹੇ ਆ, ਰਾਜਦੇਵ ਸਿੰਘ ਖਾਲਸਾ ਬਹੁਤ ਅੱਛੇ ਵਕੀਲ ਨੇ, ਉਹ ਮਤਲਬ ਇਹ ਸਮਝੋ ਕਿ ਉਹਨਾਂ ਦੀ ਫੀਸ ਹੀ ਕਾਫੀ ਆ, ਅਤੇ ਉਹਨਾਂ ਨੂੰ ED ਦਾ ਕਾਹਦਾ ਡਰ ਹੈ ਜੀ? ਹੈਂ, ਜਿਹੜੇ ਸ਼ਾਮਿਲ ਹੋਏ ਨੇ ਉਹਨਾਂ 'ਚ ਕਿਸੇ ਨੂੰ ED ਦਾ ਡਰ ਤਾਂ ਮੈਨੂੰ ਦੱਸ ਦਿਓ ਵੀ ED ਦੇ ਡਰ ਨਾਲ ਹੋਏ ਆ? ਹੋਰ ਲੋਕ ਆ ਰਹੇ ਆ ਬਹੁਤ, ਉਹ ED ਦੇ ਡਰ ਨਾਲ ਆ ਰਹੇ ਆ, ਕੱਲ੍ਹ ਪਰਸੋਂ ਫਿਰ ਆਉਣਾ ਕਿਸੇ ਨੇ। ਠੀਕ ਹੈ, ਹਾਂ ਮੈਂ ਤੁਸੀਂ ਪਰਸੋਂ ਦੀ ਗੱਲ ਕਰ ਲਈ, 5 ਤਰੀਕ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆ ਰਹੇ ਨੇ, ਕਿਹੜੀ ਵੱਡੀ ਅਨਾਊਂਸਮੈਂਟ ਅਗਰ ਆ, ਸਭ ਕੁਛ ਅੱਜ ਹਿੰਟ ਦੇ ਦਿਓ, ਆਪਾਂ ਮਿਲਦੇ ਜੁਲਦੇ ਰਹਿੰਦੇ ਹਾਂ, ਕਿਹੜੀ ਵੱਡੀ ਅਨਾਊਂਸਮੈਂਟ ਹੈ PM ਕਰ ਸਕਦੇ ਨੇ, ਕਿਹੜੇ ਵੱਡੇ ਚਿਹਰੇ ਨੇ, ਹੋਰ ਜਿਹੜੀ ਸ਼ਮੂਲੀਅਤ ਹੋ ਸਕਦੀ ਹੈ, ਹੋਊਗੀ ਕਿ ਨਹੀਂ ਹੋਊਗੀ? ਮੇਰੀ ਗੱਲ ਸੁਣੋ, ਹੁਣ ਜੇ 11,000 ਕਰੋੜ ਦੀ ਕੋਈ ਅਨਾਊਂਸਮੈਂਟ ਹੋਈ ਹਿਮਾਚਲ 'ਚ ਤਾਂ ਪ੍ਰੋਜੈਕਟ ਦੀ ਹੋਈ ਨਾ, ਵਿਕਾਸ ਕਰਨਾ ਸਾਡਾ ਕੰਮ ਆ,
ਸਾਡੀ ਸਰਕਾਰ ਕਰਦੀ ਹੈ, ਕੋਈ ਵੋਟਾਂ ਕਰਕੇ ਕਰਦੇ ਹਾਂ ਅਸੀਂ ਵਿਕਾਸ? ਜਦੋਂ ਚੋਣਾਂ ਨਹੀਂ ਹੁੰਦੀਆਂ ਤਾਂ ਵੀ ਕਰਨਾ ਦੇਸ਼ ਦਾ ਵਿਕਾਸ, ਤਾਂ ਸੜਕਾਂ ਤਦ ਵੀ ਬਣ ਰਹੀਆਂ ਨੇ, ਹੋਰ ਸਹੂਲਤਾਂ ਤਦ ਵੀ ਹੋ ਰਹੀਆਂ ਨੇ, ਸੀਵਰੇਜ ਦੇ ਕੰਮ ਤਦ ਵੀ ਹੋ ਰਹੇ ਨੇ, ਸਾਰੇ ਕੰਮ ਹੋ ਰਹੇ ਆ, ਇਸ ਤਰ੍ਹਾਂ ਦੇ ਪ੍ਰੋਜੈਕਟ ਆਉਣਗੇ ਉਹਦੇ 'ਚ ਕੀ ਦਿੱਕਤ ਕੀ ਹੈ? ਕੋਈ ਇਹਦੇ ਕਰਕੇ ਆਉਣੇ ਵੀ ਸਾਨੂੰ ਵੋਟਾਂ ਪਾਓ? ਇਸ ਤਰ੍ਹਾਂ ਦਾ ਪ੍ਰੋਜੈਕਟ ਕੋਈ ਨਹੀਂ ਆਉਣਾ ਜਿਹਦੇ 'ਚ ਅਸੀਂ ਇਹ ਕਹੀਏ ਕਿ ਬਈ ਆਹ ਚੀਜ਼ ਅਸੀਂ ਕਰ ਦਿੰਦੇ ਜੀ, ਸਾਨੂੰ ਵੋਟਾਂ ਪਾ ਦਿਓ। ਵੋਟਾਂ ਪਾਉਣੀਆਂ ਨੇ, ਸਾਡੀ ਨੀਤੀ ਪਸੰਦ ਹੋਵੇ, ਸਾਡੀ ਨੀਅਤ ਸਮਝ 'ਚ ਆਉਂਦੀ ਹੋਵੇ, ਸਾਡੀ ਕੰਮ ਕਰਨ ਦਾ ਤਰੀਕਾ ਸਮਝ 'ਚ ਆਉਂਦਾ ਹੋਵੇ, ਸਭ ਕਾ ਸਾਥ, ਸਭ ਕਾ ਵਿਕਾਸ, ਸਭ ਕਾ ਵਿਸ਼ਵਾਸ, ਸਭ ਕਾ ਪ੍ਰਯਾਸ, ਜੇ ਸਮਝ ਆਉਂਦਾ ਹੋਵੇ ਤਾਂ ਸਾਰੇ ਆਪਾਂ ਨਾਲ, ਅਤੇ ਫਿਰ ਸਾਨੂੰ ਚੁਣੋ। ਕਿਰਨ ਸਾਹਿਬ, ਇੱਕ ਰਾਜਨੀਤਿਕ ਸਵਾਲ ਪੁੱਛ ਲੈਣਾ, ਪੋਲੀਟੀਕਲ ਲੋਕ ਹੋ ਤੁਸੀਂ, ਕੈਪਟਨ ਅਮਰਿੰਦਰ ਸਿੰਘ ਨਾਲ ਹੁਣ ਤੁਹਾਡੀ ਅਗਰ ਪੰਜਾਬੀ 'ਚ ਕਹੀ ਜਾਵੇ ਗੂੜੀ ਆੜੀ ਹੈ। 4.5 ਸਾਲ ਪਾਣੀ ਪੀ ਪੀ ਕੇ ਕੈਪਟਨ ਨੂੰ ਕੋਸਿਆ, ਉਹਦੇ ਸਵਿਸ ਬੈਂਕਾਂ 'ਚ ਅਕਾਊਂਟ ਨੇ, ਉਹਦੇ ਫਲਾਣੀ ਜਗ੍ਹਾ ਖਾਤੇ ਨੇ, ਉਹਨਾਂ ਦੇ ਬੇਟੇ ਦੇ, ਉਹਨਾਂ ਦੇ ਵਾਈਫ ਦੇ, ਇਹੋ ਜਿਹੀ ਕਿਹੜੀ ਚੀਜ਼ ਹੋ ਜਾਂਦੀ ਹੈ ਕਿ ਸਭ ਚੀਜ਼ਾਂ ਹੋਲਡ ਹੋ ਜਾਂਦੀਆਂ ਜਾਂ ਖਤਮ ਹੀ ਹੋ ਜਾਂਦੀਆਂ ਜਦੋਂ ਰਲੇਵਾਂ ਹੋ ਜਾਂਦਾ? ਕੋਈ ਕੇਸ ਖਤਮ ਨਹੀਂ ਹੋਇਆ, ਕੋਈ ਕੁਛ ਖਤਮ ਨਹੀਂ ਹੋਇਆ, ਸਭ ਆਪਣਾ ਹਰ ਕੇਸ ਦਾ ਪ੍ਰੋਸੈਸ ਹੁੰਦਾ ਅਤੇ ਚੱਲਦੇ ਹੀ ਰਹਿੰਦੇ ਆ, ਕੋਈ ਇੱਦਾਂ ਥੋੜ੍ਹਾ ਵੀ ਖਤਮ ਹੋ ਜਾਣੇ ਆ, ਉਹ ਤਾਂ ਉਸ ਡਿਪਾਰਟਮੈਂਟ ਨੇ ਦੇਖਣਾ, ਕੋਈ ਡਿਪਾਰਟਮੈਂਟ ਨੂੰ ਅਸੀਂ ਚਲਾਉਂਦੇ ਹਾਂ, ਸਾਡੀ ਸਰਕਾਰ ਜਿਹਦੀ ਮਰਜ਼ੀ ਆ ਜੇ, ਕੋਈ ਡਿਪਾਰਟਮੈਂਟ ਵਿਭਾਗ ਕਿਸੇ ਦੇ ਕੰਟਰੋਲ 'ਚ ਨਹੀਂ ਹੁੰਦਾ, ਅਤੇ ਨਾ ਹੀ ਇਸ ਤਰ੍ਹਾਂ ਦੀਆਂ ਕਦੇ ਗੱਲਾਂ ਹੋਈਆਂ, ਨਾ ਹੀ ਡੈਮੋਕ੍ਰੇਸੀ 'ਚ ਐਕਸਪੋਜ਼ ਹੋ ਜਾਵੇ ਫਿਰ ਰਿਜ਼ਾਈਨ ਕਰਨਾ ਪੈਂਦਾ ਅਗਲੇ ਨੂੰ, ਅਤੇ ਇਸ ਕਰਕੇ ਐਸੀ ਕੋਈ ਗੱਲ ਨਹੀਂ ਹੈ। ਅਸੀਂ ਕੋਸਦੇ ਸੀ, ਅੱਜ ਵੀ ਕੋਸਦੇ ਹਾਂ, ਕਿਸ ਨੂੰ ਕੋਸਦੇ ਸੀ? ਸਰਦਾਰ ਮਨਮੋਹਨ ਸਿੰਘ ਨੇ ਮੈਨੀਫੈਸਟੋ ਤਿਆਰ ਕੀਤਾ, ਮੈਨੀਫੈਸਟੋ ਕਮੇਟੀ ਸੀ, ਰਾਹੁਲ ਗਾਂਧੀ ਕਾਂਗਰਸ ਦੇ ਪ੍ਰਧਾਨ ਹੋਣ ਦੇ ਨਾਤੇ ਮੈਨੀਫੈਸਟੋ ਰਿਲੀਜ਼ ਕੀਤਾ, ਅੱਜ ਜਿਹੜਾ ਪ੍ਰਧਾਨ ਹੋਏਗਾ ਉਸਨੂੰ ਕੋਸਾਂਗੇ, ਅੱਜ ਜਿਹੜਾ ਮੁੱਖ ਮੰਤਰੀ ਹੋਏਗਾ ਉਸਨੂੰ ਕੋਸਾਂਗੇ, ਉਹਨਾਂ ਦੀ ਜ਼ਿੰਮੇਵਾਰੀ। ਮੁੱਖ ਮੰਤਰੀ ਉੱਤਰ ਗਿਆ, ਉਹਦੀ ਫੋਟੋ ਵੀ ਤਾਂ ਸਭ ਤੋਂ ਵੱਡੀ ਸੀਗੀ ਕੈਪਟਨ ਸਾਹਿਬ ਦੀ, ਉਹਨੂੰ ਕਿੰਨਾ ਕੁ ਕੋਸੋਂਗੇ? ਨਹੀਂ ਨਹੀਂ, ਜਦੋਂ ਉੱਥੇ ਰਿਹਾ ਹੀ ਨਹੀਂ, ਹੁਣ ਤਾਂ ਤੁਹਾਡੇ ਜਾ ਗਿਆ ਨਾ, ਸਾਡੇ ਜਾਵੇ ਜਾਂ ਕਿਤੇ ਵੀ ਚਲਾ ਜਾਵੇ, ਫਿਰ ਅਸੀਂ ਉਹਨੂੰ ਕੀ ਕਹਿਣਾ? ਅਸੀਂ ਤਾਂ ਜਿਹੜੀ ਨੀਤੀਆਂ ਨੇ, ਜਿਹੜੀ ਪਾਰਟੀ ਦੀਆਂ ਨੇ, ਅਤੇ ਉਸ ਪਾਰਟੀ ਦੀਆਂ, ਹੁਣ ਜਿਵੇਂ ਅੱਜ ਸਾਡਾ ਪੰਜਾਬ ਦਾ ਪ੍ਰਧਾਨ ਬੀਜੇਪੀ ਦਾ ਅਸ਼ਵਨੀ ਸ਼ਰਮਾ, ਉਸ ਤੋਂ ਪਹਿਲਾਂ ਕੋਈ ਦੂਸਰਾ ਸੀ, ਪਹਿਲਾਂ ਦੂਜੇ ਪ੍ਰਧਾਨ ਨੂੰ ਲੋਕ ਪੁੱਛਦੇ ਸੀ, ਹੁਣ ਇਹਨੂੰ ਪੁੱਛਦੇ ਨੇ, ਅਤੇ ਕੱਲ੍ਹ ਉਸ ਤੋਂ ਅਗਲੇ ਨੂੰ ਪੁੱਛਣਗੇ, ਤਾਂ ਪਾਰਟੀ ਹੈ ਤਾਂ, ਗੱਲ ਤਾਂ ਪਾਰਟੀ ਦੀ ਹੈ ਨਾ, ਜਮਾਤ ਕਰਾਮਾਤ ਹੁੰਦੀ ਹੈ, ਜਿਹੜੀ ਜਮਾਤ ਨੇ ਗਲਤ ਕੰਮ ਕੀਤੇ ਨੇ ਉਸ ਜਮਾਤ ਨੂੰ ਕੋਸਾਂਗੇ, ਉਸ ਜਮਾਤ ਨੂੰ ਪੁੱਛਾਂਗੇ। ਜੇ ਬੀਜੇਪੀ 'ਚ ਕੱਲ੍ਹ ਨੂੰ ਨਵਜੋਤ ਸਿੰਘ ਸਿੱਧੂ ਆ ਜਾਂਦੇ ਨੇ ਤਾਂ ਉਹ ਪਾਕ ਸਾਫ਼ ਹੋ ਜਾਣਗੇ? ਅਗਰ ਮਗਰ ਕੁਛ ਨਹੀਂ ਹੁੰਦਾ, ਅਗਰ ਮੇਰੀ ਚਾਚੀ ਕੇ ਮੁੱਛੇ ਹੁੰਦੀ ਤਾਂ ਚਾਚਾ ਕਹਿਤਾ, ਕਹਾਂ ਆਏ, ਕਿੱਥੇ ਆਏਗਾ ਨਵਜੋਤ ਸਿੰਘ ਸਿੱਧੂ, ਕਿੱਥੇ ਆਏਗਾ? ਹੁਣ ਲੈ ਲਉਂਗੇ ਜੇ ਅੱਜ ਵੀ ਲੈ ਲਉਂਗੇ, ਇਹ ਤਾਂ ਉਹਨੂੰ ਪੁੱਛ ਲਓ ਜਾ ਕੇ, ਨਹੀਂ ਤੁਸੀਂ ਦੱਸੋ ਬੀਜੇਪੀ ਵੱਲੋਂ ਪ੍ਰਵਕਤਾ ਹੋ। ਅਸੀਂ ਕੋਈ ਉਹਨੂੰ ਨਿਮੰਤਰਣ ਨਹੀਂ ਦੇਣ ਜਾ ਰਹੇ, ਕੋਈ ਸਾਨੂੰ ਜ਼ਰੂਰਤ ਨਹੀਂ ਹੈ, ਅਤੇ ਜਿਹਨੂੰ ਸਾਡੀ ਜ਼ਰੂਰਤ ਹੋਵੇ ਸਾਡੇ ਕੋਲ ਆ ਕੇ ਗੱਲ ਕਰੇ, ਜਦੋਂ ਗੱਲ ਕਰਨਗੇ ਤਦ ਕਹਾਂਗੇ, ਅਤੇ ਐਸੀ ਕੋਈ ਗੱਲ ਨਹੀਂ। ਹੁਣ 5 ਤਰੀਕ ਨੂੰ ਵੱਡਾ ਕੋਈ ਧਮਾਕਾ ਹੋ ਸਕਦਾ ਜਦੋਂ ਪ੍ਰਧਾਨ ਮੰਤਰੀ ਆਉਣਗੇ, ਕੁਛ ਹਿੰਟ ਤਾਂ ਦਿਓ ਨਾ ਗਰੇਵਾਲ ਸਾਹਿਬ। ਧਮਾਕਾ ਕੁਛ ਨਹੀਂ ਹੈ ਜੀ, ਉਹ ਇਨੋਗਰੇਸ਼ਨ ਕਰਨ ਆ ਰਹੇ ਨੇ, ਸਰਕਾਰੀ ਕਰ ਪ੍ਰੋਗਰਾਮ, ਅਸੀਂ ਆਪਣੀ ਰੈਲੀ ਕਰ ਰਹੇ ਹਾਂ ਉੱਥੇ, ਪਾਰਟੀ ਦੀ, ਪਾਰਟੀ ਦੇ ਲੋਕ ਸਾਰੇ ਜਿਹੜੇ ਮੋਦੀ ਜੀ ਦੇ ਫੈਨ ਨੇ, ਜਿਹੜੇ ਸਮਝ ਲਓ ਪੂਰੇ ਸੂਬੇ 'ਚੋਂ ਲੋਕ ਜਾਣਗੇ, ਅਤੇ ਲੱਖਾਂ ਦਾ ਇਕੱਠ ਹੋਏਗਾ। ਵਿਰੋਧ ਵਿਰੋਧ ਤਾਂ ਨਹੀਂ ਹੋਊਗਾ ਇਸ ਵਾਰ? ਕੋਈ ਕੌਣ ਵਿਰੋਧ ਕਰੇਗਾ, ਪਹਿਲਾਂ ਵਿਰੋਧ ਹੁੰਦਾ ਰਿਹਾ, ਉਹ ਛੱਡਿਆ ਕਰੋ ਯਾਰ ਇਹੋ ਜਿਹੀਆਂ ਗੱਲਾਂ, ਇਹ ਕੋਈ ਗੱਲਾਂ ਕਰਨ ਵਾਲੀਆਂ ਨੇ ਪ੍ਰਧਾਨ ਮੰਤਰੀ ਲਈ, ਕੌਣ ਵਿਰੋਧ ਕਰੇਗਾ? ਠੀਕ ਹੈ, ਬਹੁਤ ਮਿਹਰਬਾਨੀ। ਸੋ ਹਰਜੀਤ ਸਿੰਘ ਗਰੇਵਾਲ ਸੀਗੇ, ਜੋ ਕਿ ਬੀਜੇਪੀ ਵੱਲੋਂ ਹਮੇਸ਼ਾ ਜਿਹੜੀ ਹੈ ਸਪੋਕਸਪਰਸਨ ਨੇ, ਗੱਲਬਾਤ ਕਰਦੇ ਨੇ। ਇਹਨਾਂ ਦਾ ਕਹਿਣਾ ਕਿ ਚੰਗੀ ਜਮਾਤ, ਜਮਾਤ 'ਚ ਹੀ ਕਰਾਮਾਤ ਹੁੰਦੀ ਹੈ, ਚੰਗੀ ਜਮਾਤ ਹੋਵੇ ਤਾਂ ਲੋਕ ਜੁੜਦੇ ਨੇ, ਕਤਾਰ ਲੰਬੀ ਹੁੰਦੀ ਹੈ। ਸੋ ਇਸੇ ਕਰਕੇ ਅੱਜ ਕਾਂਗਰਸ ਨੂੰ ਲੋਕ ਛੱਡ ਛੱਡ ਕੇ ਬੀਜੇਪੀ ਜੁਆਇਨ ਕਰ ਰਹੇ ਨੇ। ਕੈਮਰਾਮੈਨ ਕ੍ਰਿਸ਼ਨ ਦੇ ਨਾਲ ਗਗਨ ਸ਼ੁਕਲਾ, ਡੇਲੀ ਪੋਸਟ ਪੰਜਾਬੀ।